ਸ਼੍ਰੀਕਾਲ ਜੀ, ਮੈਂ ਸਤਿੰਦਰ ਸੱਤੀ ਐਂਡ ਵੈਲਕਮ ਟੂ ਮਾਈ ਸੋਲ ਬਲੌਗਸ। ਅੱਜ ਮੈਂ ਇੱਕ ਪ੍ਰੋਗਰਾਮ ਦੇ ਉੱਤੇ ਆਈ ਹਾਂ ਅਤੇ ਰਾਜ ਪਲੇਨ 'ਚ ਬੈਠਦਿਆਂ ਨਾ ਮੈਂ ਥੋੜ੍ਹੀ ਦੇਰ ਅੱਖਾਂ ਬੰਦ ਕੀਤੀਆਂ ਅਤੇ ਮੇਰੇ ਮਨ 'ਚ ਇੱਕ ਗੱਲ ਦਾ ਧਿਆਨ ਆਇਆ, ਮੈਨੂੰ ਲੱਗਾ ਕਿ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ। ਉਹ ਇਹ ਹੈ ਕਿ ਸਾਡਾ ਸੰਬੰਧ ਨਾ, ਅਸੀਂ ਗੱਲਾਂ ਕਰਦੇ ਹਾਂ ਕਿ ਰੱਬ ਨਾਲ ਇਸ ਤਰ੍ਹਾਂ ਹੈ, ਰੱਬ ਨਾਲ ਉਸ ਤਰ੍ਹਾਂ ਹੈ, ਲੇਕਿਨ ਸਾਡਾ ਸੰਬੰਧ ਰੱਬ ਨਾਲ ਸਿੱਧਾ ਨਹੀਂ ਹੈ। ਕਨੈਕਸ਼ਨ ਜਿਹਨੂੰ ਕਹਿੰਦੇ ਨੇ ਨਾ, ਜਿੱਦਾਂ ਅਸੀਂ ਕਹਿੰਦੇ ਹਾਂ ਵੀ ਕਿਸੇ ਨੇ ਫੋਨ ਕੀਤਾ, ਉਹ ਕਹਿੰਦਾ ਉਹ ਮੈਂ ਤੈਨੂੰ ਹੁਣੇ ਯਾਦ ਕਰ ਰਿਹਾ ਸੀ। ਜਿਹਨੂੰ ਯਾਦ ਕਰੋ ਨਾ, ਉਹ ਤੁਹਾਨੂੰ ਵੀ ਜ਼ਰੂਰ ਯਾਦ ਕਰਦਾ। ਅਗਰ ਰੱਬ ਤੁਹਾਡੀ ਕੋਈ ਮਨੋਕਾਮਨਾ ਪੂਰੀ ਨਹੀਂ ਕਰ ਰਿਹਾ, ਤੁਹਾਡੀ ਕੋਈ ਗੱਲ ਨਹੀਂ ਹੋ ਰਹੀ, ਤੁਹਾਡਾ ਕੋਈ ਰਿਸ਼ਤਾ ਸਿਰੇ ਨਹੀਂ ਚੜ ਰਿਹਾ, ਤੁਹਾਡਾ ਕੋਈ ਕਾਰੋਬਾਰ ਨਹੀਂ ਹੋ ਰਿਹਾ, ਇਹਦਾ ਮਤਲਬ ਤੁਹਾਡੇ ਅਤੇ ਉਹਦੇ ਵਿੱਚ ਕੋਈ ਨਾ ਕੋਈ ਰੁਕਾਵਟ ਜ਼ਰੂਰ ਹੈ। ਤੁਹਾਡਾ ਸੰਬੰਧ ਜਿਹੜਾ ਨਾ, ਮੈਂ ਐਨਰਜੀ ਹੀਲਿੰਗ 'ਤੇ ਬੜਾ ਕੰਮ ਕੀਤਾ ਹੈ, ਸਿੱਖ ਰਹੀ ਹਾਂ, ਕਰ ਰਹੀ ਹਾਂ, ਕਿਉਂਕਿ ਮੈਨੂੰ ਇਹ ਲੱਗਦਾ ਕਿ ਅਸੀਂ ਖਾਸ ਫ੍ਰੀਕੁਐਂਸੀ ਦੇ ਵਿੱਚ ਕੰਮ ਕਰਦੇ ਹਾਂ, ਔਰ ਜਿਸ ਫ੍ਰੀਕੁਐਂਸੀ 'ਤੇ ਤੁਸੀਂ ਅਰਦਾਸ ਕਰਦੇ ਹੋ, ਉਹਨੂੰ ਪ੍ਰੇਅਰ ਕਰਦੇ ਹੋ ਜਾਂ ਉਹਦੇ ਕੋਲ ਕੁਛ ਮੰਗਦੇ ਹੋ, ਜਿੰਨੀ ਦੇਰ ਤੱਕ ਉਸੇ ਫ੍ਰੀਕੁਐਂਸੀ 'ਤੇ ਜਿਹਦੇ 'ਤੇ ਉਹਨੇ ਦੇਣਾ ਹੈ ਉਹਦੇ 'ਤੇ ਨਹੀਂ ਹੈ, ਉਦੋਂ ਤੱਕ ਉਹ ਤੁਹਾਡੀ ਮੰਗ ਪੂਰੀ ਨਹੀਂ ਹੁੰਦੀ। ਮੈਂ ਜਦੋਂ ਆਪਾਂ ਇੱਥੋਂ ਕੈਨੇਡਾ ਅਮੈਰੀਕਾ ਤੋਂ ਕੋਈ ਚੀਜ਼ ਲੈ ਕੇ ਜਾਈਏ ਤਾਂ ਉਹਦੀ ਵੋਲਟੇਜ ਵੱਖਰੀ ਹੁੰਦੀ ਹੈ ਨਾ, ਅਤੇ ਜਦੋਂ ਆਪਾਂ ਇੰਡੀਆ ਜਾਂਦੇ ਹਾਂ ਤਾਂ ਉਹ ਕੰਮ ਨਹੀਂ ਕਰਦੀ, ਜਾਣਦੇ ਹੋ ਕਿਉਂ? ਕਿਉਂਕਿ ਉਹਦੀ ਵੋਲਟੇਜ ਇੰਡੀਆ ਦੇ ਵਿੱਚ ਜਿਹੜੀ ਹੈ ਉਹ ਅਲੱਗ ਵੋਲਟੇਜ ਹੈ। ਅਗਰ ਉਹਨੂੰ ਇੰਡੀਆ 'ਚ ਜਾ ਕੇ ਚਲਾਉਣਾ ਹੈ ਤਾਂ ਉਹਦੇ ਨਾਲ ਇੱਕ ਟਰਾਂਸਫਾਰਮਰ ਜਿਹਾ ਲੱਗਦਾ ਹੈ, ਸਟੈਬਲਾਈਜ਼ਰ ਲੱਗਦਾ ਹੈ, ਜਿਹਦੇ ਵਿੱਚ ਉਹਨੂੰ ਉਨੀ ਬਿਜਲੀ ਦਿੱਤੀ ਜਾਂਦੀ ਹੈ ਜਿਹਦੀ ਉਹਨੂੰ ਜ਼ਰੂਰਤ ਹੈ, ਫਿਰ ਉਹ ਜਾ ਕੇ ਤੁਹਾਡਾ ਮਿਕਸੀ, ਜੂਸਰ ਜਾਂ ਕੋਈ ਹੋਰ ਜਿਹੜੀ ਇਲੈਕਟ੍ਰੋਨਿਕ ਸਮਾਨ ਚੱਲਦਾ ਹੈ। ਜਿਹੜਾ ਸਾਡਾ ਸਰੀਰ ਹੈ ਨਾ, ਉਹ ਵੀ ਇਸੇ ਤਰ੍ਹਾਂ ਦਾ, ਉਹ ਇੱਕ ਖਾਸ ਐਨਰਜੀ 'ਚ ਕੰਮ ਕਰਦਾ ਹੈ। ਅਤੇ ਜਦੋਂ ਸਾਡੀ ਅਰਦਾਸ ਨਹੀਂ ਨਾ ਸੁਣੀ ਜਾਂਦੀ, ਇਹਦਾ ਮਤਲਬ ਵੀ ਸਾਡੀ ਅਤੇ ਉਹਦੀ ਜਿਹੜੀ ਬਿਜਲੀ ਹੈ ਨਾ, ਬਿਜਲੀ ਦੀ ਤਾਰ, ਉਹ ਪੂਰੀ ਕਨੈਕਟ ਨਹੀਂ ਹੋ ਪਾਈ। ਉਹਦੇ 'ਤੇ ਕੰਮ ਕਰਨਾ ਚਾਹੀਦਾ ਹੈ, ਆਪਣੀ ਐਨਰਜੀ ਵਧਾਉਣੀ ਚਾਹੀਦੀ ਹੈ। ਉਹ ਕਿਵੇਂ ਵਧਾ ਸਕਦੇ ਹੋ? ਕਿ ਇੱਧਰ ਉੱਧਰ ਆਪਣਾ ਜਿਹੜੀ ਵੀ ਤੁਹਾਡੀ ਇੱਛਾ ਹੈ, ਆਪਣੇ ਆਲੇ ਦੁਆਲੇ 15-20 ਲੋਕਾਂ ਨੂੰ ਕਹਿ ਕੇ ਸੁਣਾ ਕੇ ਉਹਦੀ ਐਨਰਜੀ ਖਤਮ ਕਰਨ ਦੀ ਬਣਾਏ। ਜ਼ੋਰ ਜ਼ੋਰ ਨਾਲ ਉਸਨੂੰ ਕਿਹਾ ਕਰੋ ਕਿ ਮੈਂ ਤੇਰਾ ਬੱਚਾ ਵਾਂ, ਔਰ ਇਹ ਅਰਦਾਸ ਹੈ ਮੇਰੀ ਤੇਰੇ ਅੱਗੇ, ਮੇਰੀ ਪ੍ਰੇਅਰ ਹੈ, ਜੋ ਵੀ ਜਿਸ ਧਰਮ ਨੂੰ ਵੀ ਤੁਸੀਂ ਮੰਨਦੇ ਹੋ, ਤੈਨੂੰ ਇਹ ਮੇਰੇ ਲਈ ਕਰਨਾ ਪਏਗਾ। ਔਰ ਆਪਣੀ ਬਾਡੀ ਦੇ ਵਿੱਚ ਉਸ ਚੀਜ਼ ਨੂੰ ਫੀਲ ਕਰਿਆ ਕਰੋ। ਐਨਰਜੀ ਹੀਲਿੰਗ ਜਿਹੜੀ ਹੈ, ਐਨਰਜੀ ਜਿਹੜੀ ਹੈ, ਉਹ ਪੂਰੀ ਦੁਨੀਆ 'ਚ ਕੰਮ ਕਰ ਰਹੀ ਹੈ। ਅਸੀਂ ਸਾਰੇ ਉਹ ਬਿਜਲੀ ਦੇ ਬਲਬ ਹਾਂ ਜਿਹੜੇ ਆਪਣੀ ਆਪਣੀ ਵੋਲਟੇਜ ਦੇ ਉੱਤੇ ਜਗ ਰਹੇ ਹਾਂ। ਸੱਚ ਮੰਨਿਓ, ਇੱਕ ਵਾਰੀ ਇਸ ਤਰ੍ਹਾਂ ਕਰਕੇ ਦੇਖੋ ਕਿ ਸ਼ਾਂਤ ਹੋ ਕੇ ਬੈਠਣਾ। ਜਦੋਂ ਤੁਸੀਂ ਸਮ ਹੋ ਜਾਓਗੇ, ਬਿਲਕੁਲ ਤੁਹਾਡੀ ਜਿਹੜੀ ਐਨਰਜੀ ਉਹ ਬਿਲਕੁਲ ਸਟੇਬਲ ਹੋ ਜਾਏਗੀ। ਜਦੋਂ ਹੋ ਜਾਏਗੀ ਨਾ, ਜਦੋਂ ਅੰਦਰ ਕੋਈ ਭਟਕਣ ਨਹੀਂ ਹੋਏਗੀ, ਅੰਦਰ ਕੋਈ ਵਿਚਾਰ ਨਹੀਂ ਹੋਏਗਾ, ਹਲਚਲ ਨਹੀਂ ਹੋਏਗੀ ਤੁਹਾਡੇ ਅੰਦਰ, ਉਦੋਂ ਉਸਨੂੰ ਅਰਦਾਸ ਕਰਕੇ 5 ਮਿੰਟ ਲਾ ਕੇ ਸ਼ਾਂਤ ਕਰੋ ਆਪਣੀ ਐਨਰਜੀ ਨੂੰ। ਉਸ ਐਨਰਜੀ ਨੂੰ ਉਸ ਲੈਵਲ 'ਤੇ ਲੈ ਕੇ ਜਾਓ ਜਿਹਦੇ 'ਤੇ ਉਸਨੇ ਅਰਦਾਸ ਸੁਣਨੀ ਹੈ। ਅਤੇ ਸੱਚ ਮੰਨਿਓ, ਕੋਈ ਵੀ ਕਰਕੇ ਦੇਖ ਲਿਓ ਅਰਦਾਸ, ਉਹ ਜ਼ਰੂਰ ਪੂਰੀ ਕਰਦਾ ਹੈ। ਮੈਂ ਆਪਣੇ ਤਜ਼ਰਬੇ ਨਾਲ ਕਹਿੰਦੀ ਹਾਂ, ਹਰ ਗੱਲ ਮੈਂ ਕੋਈ ਵੀ ਗੱਲ ਉਸਨੂੰ ਕਹਾਂ, ਉਹ ਜ਼ਰੂਰ ਮੰਨ ਲੈਂਦਾ ਹੈ। ਸੋ ਇਹ ਜਿਹੜਾ ਨੁਸਖਾ ਹੈ, ਤੁਸੀਂ ਵੀ ਅਪਲਾਈ ਕਰਕੇ ਦੇਖੋ, ਹੋ ਸਕਦਾ ਕਿ ਤੁਹਾਡੀ ਮੁਰਾਦ ਵੀ ਪੂਰੀ ਹੋ ਜਾਏ। ਵਰਕ ਔਨ ਯੋਰ ਐਨਰਜੀ, ਐਨਰਜੀ ਹੀਲਿੰਗ 'ਤੇ ਮੈਂ ਤੁਹਾਨੂੰ ਕਿਹਾ ਕਿ ਆਪਾਂ ਸੈਲਫ ਅਵੇਅਰਨੈਸ 'ਤੇ ਇੱਕ ਬਹੁਤ ਜਲਦੀ ਸੈਸ਼ਨ ਜਿਹੜਾ ਯੂਟਿਊਬ 'ਤੇ ਕਰਾਂਗੇ। ਤੁਸੀਂ ਕਾਇੰਡਲੀ ਮੇਰਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ, ਕਿਉਂਕਿ ਉਹਦੇ 'ਤੇ ਮੇਰਾ ਮਨ ਹੈ ਕਿ ਤੁਹਾਡੇ ਨਾਲ ਲੰਬਾ ਸਮਾਂ ਸੈਸ਼ਨਸ ਜਿਹੜੇ ਨੇ ਉਹ ਜ਼ਰੂਰ ਕਰਾਂ। ਸੈਲੀਬ੍ਰੇਟ ਲਾਈਫ, ਬੜਾ ਥੋੜ੍ਹਾ ਜਿਹਾ ਟਾਈਮ ਅਸੀਂ ਇਸ ਧਰਤੀ 'ਤੇ ਹਾਂ, ਜੰਜਾਲਾਂ 'ਚ ਨਹੀਂ ਕੱਟਣਾ, ਖੁਸ਼ ਹੋ ਕੇ ਕੱਟਣਾ ਹੈ। ਜ਼ਿੰਦਗੀ ਜ਼ਿੰਦਾ ਦਿਲੀ ਕਾ ਨਾਮ ਹੈ, ਮੁਰਦਾ ਦਿਲ ਕਿਆ ਖਾਕ ਜੀਆ ਕਰਤੇ ਹੈ।